ਲੋਕ ਸਭਾ ਚੋਣਾਂ ਦੀ ਗਰਮਾਹਟ ਨੇ ਦੇਸ਼ ਦਾ ਸਿਆਸੀ ਪਾਰਾ ਵੀ ਪੂਰੀ ਤਰ੍ਹਾਂ ਗਰਮਾ ਦਿੱਤਾ ਹੈ। ਇਸ ਤੋਂ ਇੰਜ ਜਾਪਦਾ ਕਿ ਇਹ ਸਿਆਸੀ ਗਰਮੀ ਦਾ ਬੁਖਾਰ ਆਮ ਲੋਕਾਂ ਦੇ ਸਿਰ ਚੜ ਬੋਲ ਰਿਹਾ ਹੈ। ਲਗਾਤਾਰ ਸਿਆਸੀ ਆਗੂਆਂ ਤੇ ਜੁੱਤੀਆਂ ਤੇ ਸਿਆਹੀ ਸੁੱਟ ਕੇ ਹਮਲੇ ਹੋ ਰਹੇ ਨੇ। ਕੁਝ ਇਸੇ ਤਰ੍ਹਾਂ ਦਾ ਦ੍ਰਿਸ਼ ਗੁਜਰਾਤ ਦੇ ਸੁਰਿੰਦਰ ਨਗਰ ਚ ਸਾਹਮਣੇ ਆਇਆ ਹੈ, ਜਿੱਥੇ ਕਾਂਗਰਸ ਦੇ ਸਟਾਰ ਕੰਪੇਨਰ ਤੇ ਗੁਜਰਾਤ ਚ ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਕਾਂਗਰਸ ਦੀ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਚਾਨਕ ਇੱਕ ਵਿਅਕਤੀ ਸਟੇਜ ਤੇ ਆਉਂਦਾ ਤੇ ਹਾਰਦਿਕ ਪਟੇਲ ਦੇ ਮੂੰਹ ਤੇ ਚਪੇੜ ਮਾਰ ਦਿੰਦਾ। ਤੁਸੀਂ ਤਸਵੀਰਾਂ ਚ ਸਾਫ਼ ਦੇਖ ਸਕਦੇ ਹੋ। ਤਮਿਲ ਦਾ ਜਾਣੋ ਛੋ ਕੇ ਚੁਟਣੀ ਖੂਬ ਨਜ਼ਦੀਕ ਇਸ ਤੋਂ ਬਾਅਦ ਹਾਰਦਿਕ ਪਟੇਲ ਉਸ ਵਿਅਕਤੀ ਨੂੰ ਰੋਕਦਾ ਹੈ ਤੇ ਮਾਰਨ ਲਈ ਉਸ ਵੱਲ ਨੂੰ ਵੱਧਦਾ ਹੈ। ਫਿਰ ਕੀ ਸੀ, ਇੰਨੇ ਚ ਸਟੇਜ ਤੇ ਬੈਠੇ ਲੋਕ ਉਸ ਨੂੰ ਘੇਰਾ ਪਾ ਲੈਂਦੇ ਨੇ ਤੇ ਹੱਥੋ ਪਾਈ ਕਰਨਾ ਸ਼ੁਰੂ ਕਰ ਦਿੰਦੇ ਨੇ। ਜਾਣਕਾਰੀ ਮੁਤਾਬਕ ਹਾਰਦਿਕ ਪਟੇਲ ਵੱਲੋਂ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਕਰ ਦਿੱਤੀ ਗਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਆਏ ਦਿਨ ਸਿਆਸੀ ਆਗੂਆਂ ਤੇ ਜੁੱਤੀ ਥੱਪੜ ਤੇ ਸਿਆਹੀ ਸੁੱਟਣ ਦੀਆਂ ਵਾਪਰਦੀਆਂ ਇਹਨਾਂ ਘਟਨਾਵਾਂ ਦਾ ਸਾਡੇ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਤੇ ਕੀ ਅਸਰ ਪੈਂਦਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।